ਬਹੁਤ ਹੀ ਪਿਆਰੇ ਵਿਦਿਆਰਥੀਓ ਪੰਜਾਬੀ ਸਟੱਡੀ ਪਾ 63 ਤੇ ਇੱਕ ਵਾਰ ਫੇਰ ਤੁਹਾਡਾ ਬਹੁਤ ਸਾਰਾ ਸਵਾਗਤ ਮੈਂ ਅਮਰਜੀਤ ਕੋ ਇੱਕ ਹੋਰ ਵੀਡੀਓ ਲੈ ਕੇ ਤੁਹਾਡੇ ਸਾਨੂੰ ਪੇਸ਼ ਹੈਗੀ ਆ ਅੱਜ ਦੀ ਵੀਡੀਓ ਪੰਜਾਬ ਯੂਨੀਵਰਸਿਟੀ ਦੇ ਬੀਏ ਬੀਐਸਸੀ ਭਾਗ ਪਹਿਲਾ ਦੇ ਪਹਿਲੇ ਸੈਮੈਸਟਰ ਵਿੱਚ ਪੜ ਰਹੇ ਵਿਦਿਆਰਥੀਆਂ ਲਈ ਹੈਗੀ ਉਹਨਾਂ ਦੀ ਪਾਠ ਪੁਸਤਕ ਕਾਵ ਸੁਮੇਲ ਵਿੱਚੋਂ ਜਿਹੜਾ ਹੈ ਦੂਸਰੇ ਕਵੀ ਤਨਿਰਾਮ ਚਾਤਰੀਕ ਜੀ ਜਿਨ੍ਹਾਂ ਦੀਆਂ ਦੋ ਕਵਿਤਾਵਾਂ ਪਹਿਲਾਂ ਪੜ੍ਹ ਚੁੱਕੇ ਹੈਗੀਆਂ ਚਰਖਾ ਅਤੇ ਆਜ਼ਾਦੀ ਅੱਜ ਅਸੀਂ ਤੀਸਰੀ ਕਵਿਤਾ ਪੜ੍ਹਨੀ ਹੈਗੀ ਆ ਤੀਸਰੀ ਤੇ ਚੌਥੀ ਚੌਥੀ ਕਵਿਤਾ ਹੈ ਵਿਸਾਖੀ ਦਾ ਮੇਲਾ ਤੇ ਤੀਸਰੀ ਕਵਿਤਾ ਹੈ ਹਾਈ ਨਾ ਤੋੜੀ ਵੇ ਦਿਲ ਮੇਰਾ 19 ਹਫ਼ਤਾ ਦੇ ਵਿੱਚ ਦੇਖਣ ਨੂੰ ਇਹ ਲੱਗਦਾ ਵੀ ਸ਼ਾਇਦ ਇਹ ਇੱਕ ਦੁਨਿਆਵੀ ਗੱਲ ਹੈਗੀ ਆ ਪਰ ਇਹਦੇ ਵਿੱਚ ਇਹ ਹੈਗਾ ਕਿ ਅਧਿਆਤਮਕ ਰੰਗਣ ਦੀ ਕਵਿਤਾ ਹੈਗੀ ਆ ਅਪਾ ਇਹਦੇ ਥੋੜੇ ਜਿਹੇ ਅਰਥ ਕਰਦੇ ਹੈਗੇ ਆ ਤੇ ਨਾਲੇ ਨਾਲ ਸੰਬੰਧਿਤ ਪ੍ਰਸ਼ਨਾਂ ਦੇ ਉੱਤਰ ਬਾਝਦੇ ਹੈਗੇ ਆ ਤਾਂ ਕਵੀ ਕਹਿੰਦਾ ਹੈਗਾ ਕਿ پاک ਪ੍ਰੀਤਾਂ ਦਾ ਇਹ ਮੰਦਰ ਪੀੜਾ ਪੁੜਨ ਕਲੇਜੇ ਅੰਦਰ ਇੱਥੇ ਮੋਹਨ ਕਰੇ ਵਸੇਰਾ ਹਾਏ ਨਾ ਤੋੜੀ ਮੇਂ ਦਿਲ ਮੇਰਾ ਤਾਂ ਕਵੀ ਕਹਿੰਦਾ ਹੈਗਾ ਵੀ ਜਿਹੜਾ ਮੇਰਾ ਮਨ ਹੈ ਉਹ ਤਾਂ ਪਵਿੱਤਰ ਪ੍ਰੀਤਾਂ ਦਾ ਮੰਦਰ ਹੈਗਾ ਜਦੋਂ ਕੋਈ ਇਸ ਦੇ ਉੱਤੇ ਤਕਲੀਫ ਪਹੁੰਚਦੀ ਹੈ ਉਸ ਨੂੰ ਤਾਂ ਫਿਰ ਇਸ ਨੂੰ ਬੜੀ ਹੀ ਪੀੜ ਹੁੰਦੀ ਹੈ ਕਲੇਜੇ ਦੇ ਵਿੱਚ ਕੀ ਪੀੜ ਹੁੰਦੀ ਹੈਗੀਆ ਜਦੋਂ ਕੋਈ ਜਿਹੜਾ ਹੈ ਅਣ ਸੁਖਾਵੀ ਗੱਲ ਹੁੰਦੀ ਹੈਗੀਆ ਇੱਥੇ ਮੋਹਨ ਕਰੇ ਵਸਿਰ ਸਭ ਤੋਂ ਵੱਡੀ ਮਹੱਤਵਪੂਰਨ ਗੱਲ ਹੈ ਤਾਂ ਲਿਖ ਕਵੀ ਕਹਿੰਦਾ ਹੈਗਾ ਕਿ ਇਸ ਮਨ ਦੇ ਅੰਦਰ ਹੀ ਉਸ ਭਗਵਾਨ ਦਾ ਕ੍ਰਿਸ਼ਨ ਦਾ ਕ੍ਰਿਸ਼ਨ ਭਗਵਾਨ ਜਿਹੜਾ ਮੋਹਨ ਹੈ ਕ੍ਰਿਸ਼ਨ ਭਗਵਾਨ ਜਿੰਗਿਆ ਜਾਂਦਾ ਹੈ ਓਹੋ ਦਬ ਸੀਰਾ ਹੈਗਾ ਤੇ ਇਸ ਲਈ ਮੇਰੇ ਦਿਲ ਨੂੰ ਨਾ ਤੋੜ ਬੰਦ ਕਲੀ ਕੋਮਲ ਬੜਮੁੱਲੀ ਮੂੰਹ ਮੇਟੀ ਹਾਲੇ ਨਹੀਂ ਖੁੱਲੇ ਹੁਣ ਕਵੀ ਆਪਣੇ ਦਿਲ ਨੂੰ ਇੱਕ ਫੁੱਲ ਦੇ ਨਾਲ ਤੋਲਾ ਦਿੰਦਾ ਹੈ ਕਹਿੰਦਾ ਹੈਗਾ ਵੀ ਇਹ ਮੇਰੇ ਦਿਲ ਦੀ ਜੜੀ ਹੈ ਇਹ ਕਲੀ ਕਿਹੋ ਜੀ ਹੈ ਬੰਦ ਕਲੀ ਇਹ ਹੈ ਜੀ ਕਲੀ ਹੈ ਬੰਦ ਹੈ ਬਹੁਤ ਹੀ ਬੜਮੁੱਲੀ ਕਲੀ ਹੈ ਮੂੰਹ ਮਿੱਟੀ ਹਾਲੇ ਨਹੀਂ ਖੁੱਲੀ ਹਲੇ ਦਾ ਮੂੰਹ ਖੁੱਲਿਆ ਨਹੀਂ ਆਪਾਂ ਕਲੀ ਦੇਖੀ ਹੈਗੀ ਜਦੋਂ ਕਲੀ ਤੋਂ ਫੁੱਲ ਬਣਦੀ ਹੈ ਤਾਂ ਉਹ ਉਹਦਾ ਆਕਾਰ ਬੰਦ ਹੁੰਦਾ ਹੈਗਾ ਤਾਂ ਇਹਦਾ ਮੂੰਹ ਨਹੀਂ ਖੁੱਲਿਆ ਕੋਈ ਨਾ ਕੋਈ ਲੁੱਟਣਾ ਖੜੇ ਫਲੇਰਾ ਹਾਏ ਨਾ ਤੋੜੀ ਦੇ ਦਿਲ ਮੇਰਾ ਤਾਂ ਕਵੀ ਨੂੰ ਜਿਹੜਾ ਫਿਕਰ ਹੈਗਾ ਕਿ ਇਸ ਨੂੰ ਅਜੇ ਜਿਹੜਾ ਬੰਦ ਕਲੀ ਹੈ ਖੁੱਲੀ ਵੀ ਹੈ ਨਹੀਂ ਤੇ ਫੁੱਲ ਵੀ ਨਹੀਂ ਬਣਿਆ ਤਾ ਇਸ ਨੂੰ ਜਿਹੜਾ ਹੈ ਕੋਈ ਫੁੱਲ ਵਿੱਚਣ ਵਾਲਾ ਇਸ ਨੂੰ ਤੋੜ ਨਾ ਲਵੇ ਤੇ ਉਸ ਨੂੰ ਇਸ ਗੱਲ ਦਾ ਬਹੁਤ ਹੀ ਫਿਕਰ ਹੈ ਤੇ ਉਹ ਕਹਿੰਦਾ ਹੈ ਕਿ ਉਸ ਦੇ ਦਿਲ ਨੂੰ ਨਾ ਤੋੜਿਆ ਜਾਵੇ। ਪੰਛੀ ਨੇ ਨਹੀਂ ਭਰੀ ਉਡਾਰੀ ਤੱਕਣੀ ਚਾਹੇ ਦੁਨੀਆ ਸਾਰੀ ਘਰ ਘਰ ਪਾ ਕੇ ਫੇਰਾ ਹਾਏ ਨਾ ਤੋੜੀਵੇ ਦਿਲ ਮੇਰਾ। ਤਾਂ ਕਵੀ ਇਹਨਾਂ ਲਾਈਨਾਂ ਚ ਇਹ ਕਹਿੰਦਾ ਹੈਗਾ ਵੀ ਇਹ ਜਿਹੜਾ ਮੇਰਾ ਦਿਲ ਹੈ ਇੱਕ ਅਜੀਹਾ ਪੰਛੀ ਹੈ ਜਿਸ ਨੇ ਤਾਂ ਹਲੇ ਉਡਾਰੀ ਭਰੀ ਹੀ ਨਹੀਂ ਤੇ ਇਹ ਜਿਹੜਾ ਮੇਰਾ ਦਿਲ ਹੈ ਇਹ ਤਾਂ ਸਾਰੀ ਦੁਨੀਆ ਨੂੰ ਘੁੰਮ ਫਿਰ ਕੇ ਵੇਖਣਾ ਚਾਹੁੰਦਾ ਹੈਗਾ ਤੇ ਹਰ ਇੱਕ ਥਾਂ ਤੇ ਜਾਣਾ ਚਾਹੁੰਦਾ ਹੈਗਾ ਇਸ ਲਈ ਇਸ ਦਿਲ ਨੂੰ ਅਜੇ ਨਾਂ ਤੋੜੀ ਇਸ ਵਿੱਚ ਵਸਨ ਕਿਸੇ ਦੀਆਂ ਯਾਦਾਂ ਲੱਭਦਾ ਫਿਰਦਾ ਹੈ ਗੁਪਤ ਮੁਰਾਦਾਂ ਅਜੇ ਮਿਟਿਆ ਨਹੀਂ ਹਨੇਰਾ ਹਾਇ ਨਾ ਤੋੜੀ ਵੀ ਦਿਲ ਮੇਰਾ ਤਾਂ ਇਹਨਾਂ ਲਾਈਨਾਂ ਦੇ ਵਿੱਚ ਕਵੀ ਨੇ ਇਹ ਵੀ ਦੱਸਿਆ ਹੈਗਾ ਕਿ ਇਸ ਦਿਲ ਦੇ ਵਿੱਚ ਕਿਸੇ ਦੀ ਯਾਦ ਵਸਦੀ ਹੈਗੀ ਆ ਤੇ ਇਸ ਦੇ ਨਾਲ ਇਹਨਾਂ ਯਾਦਾਂ ਦੇ ਵਿੱਚ ਉਹ ਕੋਈ ਜਿਹੜਾ ਹੈ ਗੁਪਤ ਇੱਛਾਵਾਂ ਹੈਗੀਆਂ ਨੇ ਉਹਦੀਆਂ ਨਾਲ ਜੁੜੀਆਂ ਹੋਈਆਂ ਨੇ ਤੇ ਉਹ ਅਜੇ ਪੂਰੀਆਂ ਨਹੀਂ ਹੋਈਆਂ ਤੇ ਉਸਦੇ ਮਨ ਦਾ ਹਨੇਰਾ ਵੀ ਦੂਰ ਨਹੀਂ ਹੋਇਆ ਇਸ ਲਈ ਉਸਦੇ ਦਿਲ ਨੂੰ ਨਾ ਤੋੜਿਆ ਜਾਵੇ ਪਿਆਰ ਮੇਰਾ ਨਾ ਖੋਹੀ ਹਾਲੀ ਡਾਲੀ ਰਹੇ ਨਾ ਫੁੱਲੋਂ ਖਾਲੀ ਉਜੜ ਨਾਏ ਜਾਏ ਖੀੜਾ ਖੀੜਾ ਹੁੰਦਾ ਖੁਸ਼ੀਆਂ ਜਾਂ ਬਹਾਰ ਡਾਲੀ ਹੁੰਦੀ ਟਾਣੇ ਤਾਂ ਕਵੀ ਕਹਿੰਦਾ ਹੈਗਾ ਕਿ ਜਿਹੜਾ ਮੇਰਾ ਪਿਆਰ ਹੈ ਦਿਲ ਹੈ ਉਸਦੇ ਵਿੱਚੋਂ ਜਿਹੜਾ ਹੈ ਉਸ ਪਿਆਰ ਨੂੰ ਕੋ ਨਾ ਲਵੀ ਹਲੇ ਤੇ ਜਿਹੜੀ ਹੈ ਇਸ ਕਰਕੇ ਫੁੱਲਾਂ ਭਰਿਆ ਦਿਲ ਹੈ ਜਿਹੜਾ ਇਹਦੀ ਟਾਲੀ ਹੈ ਉਹ ਖਾਲੀ ਨਾ ਹੋ ਜਾਵੇ ਤੇ ਇਹਦੇ ਨਾਲ ਮੇਰਾ ਜਿਹੜਾ ਹਕਰ ਹੈ ਉਹ ਉਜੜੀ ਨਾ ਜਾਵੇ ਖੁਸ਼ੀਆਂ ਉਜੜੀ ਨਾ ਜਾਣ ਅਤੇ ਕਵੀ ਇਹ ਕਹਿੰਦਾ ਹੈਗਾ ਕਿਸੇ ਦੇ ਦਿਲ ਨੂੰ ਠੇਸ ਨਾ ਪਹੁੰਚਾਈ ਜਾਵੇ ਕਿਸੇ ਵੀ ਤਰੀਕੇ ਨਾਲ ਕਿਉਂਕਿ ਇਸ ਦੇ ਅੰਦਰ ਪ੍ਰਮਾਤਮਾ ਦਾ ਵਸੇਰਾ ਹੈਗਾ ਤਾਂ ਇਸ ਕਵਿਤਾ ਦਾ ਜਿਹੜਾ ਹੈ ਸਾਰਸ ਪੁੱਛਿਆ ਪੇਪਰ ਦੇ ਵਿੱਚ ਜੋ ਆਉਂਦਾ ਹੈਗਾ ਤਾਂ ਇਸ ਕਵਿਤਾ ਦੇ ਵਿੱਚ ਧਨੀ ਰਾਮ ਚਾਤਰਿਕ ਜੀ ਨੇ ਕੀ ਲਿਖਿਆ ਹੈਗਾ ਕਿ ਮਨੁੱਖ ਨੂੰ ਕਿਸੇ ਦਾ ਦਿਲ ਤੋੜਨਾ ਨਹੀਂ ਚਾਹੀਦਾ ਜਿਵੇਂ ਪ੍ਰੋਫੈਸਰ ਸਾਇਆ ਸਿੰਘ ਜੀ ਨੇ ਲਿਖਿਆ ਕਿ ਜਿਹੜਾ ਮਨੁੱਖ ਨੂੰ ਚਾਹੀਦਾ ਹੈ ਵੀ ਜ਼ਿੰਦਗੀ ਦੇ ਵਿੱਚ ਅਜਿਹੀ ਤਰ੍ਹਾਂ ਬਿਸਰੇ ਕਿ ਮਾਨ ਵਚਨ ਅਤੇ ਕੰਮ ਦੇ ਨਾਲ ਕਿਸੇ ਦਾ ਬੁਰਾ ਨਾ ਕੀਤਾ ਜਾਵੇ ਤਾਂ ਹੀ ਮਨੁੱਖ ਜਿਹੜਾ ਹੈ ਇੱਕ ਅਸੀਂ ਕਵਾਂਗੇ ਵੀ ਸੁਦਾਚਾਰਕ ਮਨੁੱਖ ਮੰਨਿਆ ਜਾਂਦਾ ਹੈਗਾ ਤਾਂ ਇਸ ਲਈ ਕ ਵੀ ਕਹਿੰਦਾ ਹੈ ਕਿ ਮਨੁੱਖ ਤੂੰ ਕਿਸੇ ਦਾ ਦਿਲ ਨਾ ਤੋੜੀ ਇਹ ਦਿਲ ਤਾਂ ਪਵਿੱਤਰ ਪਿਆਰ ਦਾ ਮੰਦਰ ਹੁੰਦਾ ਹੈ ਇਸ ਵਿੱਚ ਕਿਸੇ ਦੀ ਪੀੜ ਨੂੰ ਦੇਖ ਕੇ ਜੋਬ ਅਨੁਭਵ ਹੁੰਦੀ ਹੈ ਤੇ ਇਸ ਵਿੱਚ ਤਾਂ ਆਪ ਪ੍ਰਭ ਆਪ ਵਸਦਾ ਹੈ ਤੇ ਇਹ ਦਿਲ ਤਾਂ ਇੱਕ ਤਰ੍ਹਾਂ ਦੀ ਬੰਦ ਬਹੁਮੁੱਲੀ ਕਲੀ ਹੁੰਦੀ ਹੈਗੀ ਆ ਤੇ ਇਸ ਦਾ ਅਜੇ ਮੂੰਹ ਮਿੱਟਿਆ ਹੋਇਆ ਹੈ ਉਸ ਨੂੰ ਡਰ ਹੈ ਕਿਤੇ ਕੋਈ ਫੁੱਲ ਵੇਚਣ ਵਾਲਾ ਉਸ ਨੂੰ ਤੋੜ ਕੇ ਨਾ ਲੈ ਜਾਵੇ ਇਹ ਤਾਂ ਇੱਕ ਪੰਛੀ ਸਮਾਨ ਹੈ ਜਿਸ ਨੇ ਅਜੇ ਉਡਾਰੀ ਨਹੀਂ ਭਰੀ ਅਤੇ ਸੰਸਾਰ ਵਿੱਚ ਘੁੰਮ ਫਿਰ ਕੇ ਜਿਹੜਾ ਹੈ ਨਹੀਂ ਕੁਝ ਵੀ ਵੇਖਿਆ ਤੇ ਇਸ ਵਿੱਚ ਦਿਲ ਵਿੱਚ ਕਿਸੇ ਦੀਆਂ ਯਾਦਾਂ ਵਸਦੀਆਂ ਨੇ ਤੇ ਇਸ ਵਿੱਚ ਕੋਈ ਗੁੱਝੀਆਂ ਇੱਛਾਵਾਂ ਵੀ ਹੈਗੀਆਂ ਨੇ ਤੇ ਉਹ ਚਾਨਣ ਭਾਲ ਰਿਹਾ ਹੈ ਪਰ ਇਹ ਨੇਰਾ ਮਿਟਿਆ ਨਹੀਂ ਤੇ ਉਹ ਇਹ ਨਹੀਂ ਚਾਹੁੰਦਾ ਕਿ ਉਸ ਦੀ ਜਿਹੜੀ ਹੈ ਸਡਾਲੀ ਨਾਲੋਂ ਪਿਆਰ ਨੂੰ ਖੋਲ ਲਵੇ ਤੇ ਡਾਲੀ ਫੁੱਲਾਂ ਤੋਂ ਖਾਲੀ ਰਹਿ ਜਾਵੇ ਅਤੇ ਖੇੜਾ ਉੱਜੜ ਜਾਵੇ ਤੇ ਕਵੀ ਚਾਹੁੰਦਾ ਹੈ ਕਿ ਕੋਈ ਵੀ ਉਸਦਾ ਦਿਲ ਨਾ ਤੋੜੇ ਤੇਦਾ ਅੰਤਰੀ ਭਾਵ ਹੈ ਕੇਂਦਰੀ ਭਾਵ ਹੈਗਾ ਕਿ ਮਨੁੱਖ ਨੂੰ ਕਿਸਦਾ ਦਿਲ ਨਹੀਂ ਤੋੜਨਾ ਚਾਹੀਦਾ ਕਿਉਂਕਿ ਦਿਲ ਤਾਂ ਪਵਿੱਤਰ ਪਿਆਰ ਦਾ ਮੰਦਰ ਹੁੰਦਾ ਹੈ ਇਸ ਵਿੱਚ ਰੱਬ ਦਾ ਨਿਵਾਸ ਹੁੰਦਾ ਹੈ ਤੇ ਦਿਲ ਤੋੜਨਾ ਠੀਕ ਨਹੀਂ ਕਿਉਂਕਿ ਉਸ ਦੇ ਅੰਦਰ ਪੰਛੀ ਵਾਂਗ ਨਵੀਆਂ ਉਡਾਰੀਆਂ ਭਰਨ ਦੇ ਚਾਹ ਹੁੰਦੇ ਨੇ ਤੇ ਉਹ ਫੁੱਲ ਵਾਂਗ ਆਲੇ ਦੁਆਲੇ ਵਿੱਚ ਖੇੜੇ ਦਾ ਪਸਾਰ ਕਰਨ ਦੀ ਇੱਛਾ ਰੱਖਦਾ ਹੈਗਾ ਤੇ ਪ੍ਰਸ਼ਨ ਹੈਗਾ ਦਿਲ ਕਿਸ ਚੀਜ਼ ਦਾ ਮੰਦਰ ਹੈ ਪਵਿੱਤਰ ਪ੍ਰੀਤਾਂ ਦਾ ਮੰਦਰ ਹੈ ਦਿਲ ਵਿੱਚ ਕੌਣ ਵਸਦਾ ਹੈ ਤਾਂ ਕਵੀ ਦੇ ਅਨਸਾਰ ਦਿਲ ਵਿੱਚ ਰੱਬ ਅਤੇ ਉਸ ਦੀਆਂ ਯਾਦਾਂ ਵਸਦੀਆਂ ਨੇ ਤੇ ਫੁੱਲ ਕੀ ਕਰਨਾ ਚਾਹੁੰਦਾ ਹੈ ਫੁੱਲ ਡਾਲੀ ਨਾਲ ਲੱਗਿਆ ਰਹਿ ਕੇ ਆਪਣਾ ਖੇੜਾ ਜੋ ਫੇਰੇ ਖਿਲਾਰਨਾ ਚਾਹੁੰਦਾ ਹੈ ਤੇ ਕਵੀ ਨੇ ਜਿਹੜਾ ਹੈ ਤਨ ਦੇਮਾ ਚਾਤ੍ਰਿਕ ਜੀ ਦੀ ਕਵਿਤਾ ਹਾਈ ਨਾ ਤੋੜੀ ਇੰਦ ਲਈ ਮੇਰਾ ਵਿਚਲੇ ਭਾਵ ਕਿਸ ਹੋਰ ਕਵੀ ਦੀ ਕਵਿਤਾ ਦੇ ਨਾਲ ਮਿਲਦੇ ਜੁਲਦੇ ਹੈਗੇ ਨੇ ਤਾਂ ਆਪਾਂ ਪਹਿਲਾਂ ਹੁਣੀ ਪੜ ਕੇ ਹਟਿਆਂ ਕੀ ਹੈ ਵੀ ਗੁਲਾਬ ਬਾਰੇ ਜਿਹੜਾ ਹੈ ਡਾਲੀ ਤੋੜ ਨਾਲੋਂ ਤੋੜਨਾ ਸਾਨੂੰ ਭਾਈ ਵੀਰ ਸਿੰਘ ਜੀ ਦੀ ਕਵਿਤਾ ਪੜੀ ਹੈਗੀ ਹੁਣੇ ਹੀ ਅਸੀਂ ਪਹਿਲਾਂ ਜਿਹੜੀ ਇਸੇ ਮਤਲਬ ਇਸੇ ਕਲਾਸ ਦੇ ਵਿੱਚ ਤਾਂ ਭਾਈ ਵੀਰ ਸਿੰਘ ਜੀ ਵੀ ਕੁਦਰਤ ਦੇ ਬਹੁਤ ਨੇੜੇ ਮੰਨਦੇ ਜਾਂਦੇ ਕਵੀ ਹੈਗੇ ਨੇ ਤੇ ਉਹਨਾਂ ਨੇ ਵੀ ਕਿਹਾ ਵੀ ਜਿਹੜਾ ਗੁਲਾਬ ਦਾ ਫੁੱਲ ਤੋੜਨ ਵਾਲਾ ਹੈ ਉਹਨੂੰ ਕਿਹਾ ਵੀ ਭਾਈ ਤੋੜ ਨਾ ਵੀ ਮੈਂ ਤਾਂ ਮਹਿਕ ਦੀ ਹਟਕ ਲਈ ਹੈਗੀ ਆ ਤਾਂ ਇਸ ਤਰ੍ਹਾਂ ਹੀ ਜਿਹੜਾ ਹੈ ਤਾਂ ਨਿਰੰਦਰ ਚੱਤੇ ਗੀ ਨੇ ਵੀ ਆਪਣੇ ਜਿਹੜੇ ਹੈਗੇ ਨੇ ਮਨ ਦੇ ਭਾਵ ਉਸੇ ਤਰ੍ਹਾਂ ਹੀ ਜਿਹੜੇ ਹੈਗੇ ਨੇ ਪੇਸ਼ ਕੀਤੇ ਨੇ ਜਿਵੇਂ ਭਾਈ ਵੀਰ ਸਿੰਘ ਜੀ ਨੇ ਪੇਸ਼ ਕੀਤੇ ਹੈਗੇ ਨੇ ਤਾਂ ਅਗਲੀ ਕਵਿਤਾ ਹੈ ਇਹਨਾਂ ਦੀ ਵਿਸਾਖੀ ਦਾ ਮੇਲਾ ਹੁਣ ਵਿਸਾਖੀ ਦਾ ਮੇਲਾ ਪੰਜਾਬ ਵਿੱਚ ਰਹਿਣ ਵਾਲਿਆਂ ਨੂੰ ਤਾਂ ਸਾਰਿਆਂ ਨੂੰ ਪਤਾ ਹੁੰਦਾ ਵਿਸਾਖੀ ਦੇ ਮੇਲਾ वैसे भी अप्रैल ਦਾ ਮਹੀਨਾ ਆ ਗਿਆ ਹਨ ਤੇ ਥੋੜੇ ਦਿਨ ਰਹਿ ਗਏ ਵਿਸਾਖੀ ਦੇ ਵਿੱਚ ਤੇ ਵਿਸਾਖੀ ਦੇ ਉੱਤੇ ਜਿਹੜਾ ਹੈ ਪੰਜਾਬ ਦਾ ਕਿਸਾਨ ਬਹੁਤ ਹੀ ਖੁਸ਼ ਹੁੰਦਾ ਹੈ ਕਿਉਂਕਿ ਉਹਦੀ ਜਿਹੜੀ ਹੈ 6 ਮਹੀਨੇ ਦੀ ਜਿਹੜੀ ਫਸਲ ਹੈ ਉਹ ਪੱਕ ਜਾਂਦੀ ਹੈਗੀ ਆ ਤੇ ਉਹ ਉਸ ਨੂੰ ਜਿਹੜਾ ਹੈ ਉਹਦੀ ਪੈਦਾਵਾਰ ਆਉਣੀ ਹੁੰਦੀ ਹੈ ਤੇ ਉਹਦੀ ਖੁਸ਼ੀ ਢ ਵਿੱਚ ਉਹ ਫਿਰ ਮੇਲੇ ਜਾਂਦਾ ਹੈਗਾ ਤਾਂ ਕਿਵੇਂ ਜਾਂਦਾ ਹੈ ਮੇਲੇ ਦਾ ਵਰਣਨ ਹੈ ਉਹ ਕਿਸ ਤਰ੍ਹਾਂ ਕੀਤਾ ਹੋਇਆ ਹੈਗਾ ਤਾਂ ਨਿਰਮ ਚਾਤਰਿਕ ਜੀ ਨੇ ਪੱਕ ਪਈਆਂ ਕਣਕਾਂ ਲੁਕਾਠ ਰਸਿਆ ਹੁਣ ਇਹ ਸਮਾਂ ਰੁੱਤ ਦਾ ਵਰਣਨ ਹੈਗਾ ਵੀ ਵਿਸਾਖ ਦੇ ਮਹੀਨੇ ਦੇ ਵਿੱਚ ਕਣਕਾਂ ਪੱਕ ਜਾਂਦੀਆਂ ਨੇ ਤੇ ਲੁਕਾਠ ਜਿਹੜੇ ਹੈਗੇ ਨੇ ਦਰਖਤਾਂ 'ਤੇ ਲੱਗੇ ਹੁੰਦੇ ਨੇ ਉਹ ਹੋਰ ਉਹਨਾਂ 'ਚ ਰਸ ਪੈਦਾ ਹੋ ਜਾਂਦਾ ਹੈ ਬੂਰ ਪਿਆ ਅੰਬਾਂ ਨੂੰ ਗੁਲਾਬ ਹਸਿਆ ਤੇ ਅੰਬਾਂ ਦੇ ਦਰਖਤਾਂ ਨੂੰ ਬੂਰ ਪੈ ਜਾਂਦਾ ਹੈ ਫਲ ਲੱਗਣਾ ਹੁੰਦਾ ਤਾਂ ਉਸ ਤੋਂ ਪਹਿਲਾਂ ਬੂਰ ਪੈਂਦਾ ਹੈਗਾ ਤੇ ਗੁਲਾਬ ਜਿਹੜਾ ਹੈ ਟਾਲੀਆਂ ਦੇ ਨਾਲ ਲੱਗਿਆ ਹੈ ਮਤਲਬ ਤੁਸੀਂ ਆਲੇ-ਦੋਲੇ ਜਿੰਨੇ ਮਰਜ਼ੀ ਗੁਲਾਬ ਦੇ ਫੁੱਲ ਦੇ ਦੇਖ ਲਓ ਸਾਰਿਆਂ ਨੂੰ ਬੜੇ ਸੋਹਣੇ ਫੁੱਲ ਲੱਗਦੇ ਨੇ ਇਸ ਸਮੇਂ ਦੇ ਵਿੱਚ ਬਾਗਾਂ ਉਤੇ ਰੰਗ ਫੇਰਿਆ ਬਹਾਰ ਨੇ 베ਰੀਆਂ ਲਫਾਈਆਂ ਟਾਹਣੀਆਂ ਦੇ ਭਾਰਨ ਸਾਰੇ ਪਾਸੇ ਜਿਹੜੇ ਹੈਗੇ ਨੇ ਬਾਗ ਨੇ ਉਹਨਾਂ ਉੱਤੇ ਬਹਾਰ ਆ ਗਈ ਹੈਗੀਆਂ ਅਤੇ 베ਰੀਆਂ ਨੂੰ ਜਿਹੜੇ ਹੈਗੇ ਨੇ ਇੰਨੇ 베ਰ ਲੱਗੇ ਹੋਏ ਨੇ ਲਫਾਈਆਂ ਦਾ ਅਰਥ ਹੁੰਦਾ ਝੁੱਕ ਜਾਣਾ ਇੰਨੇ 베ਰ ਲੱਗੇ ਹੋਏ ਨੇ ਕਿ ਉਹ 베ਰਾਂ ਦੇ ਭਾਰ ਦੇ ਨਾਲ ਦੀਆਂ ਟਾਣੀਆਂ ਨੇ ਜਿਹੜੀਆਂ 베ਰੀਆਂ ਦੀਆਂ ਉਹ ਨੀਵੀਆਂ ਹੋ ਗਈਆਂ ਨੇ ਝੁੱਕ ਗਈਆਂ ਹੈਗੀਆਂ ਨੇ ਤੇ ਪੁੰਗਰੀਆਂ ਵੱਲਾਂ 베ਲਾਂ ਰੁੱਖੀ ਚੜੀਆਂ ਤਾਂ ਹੁਣ ਇਹਨਾਂ ਦਿਨਾਂ ਦੇ ਵਿੱਚ ਕੀ ਹੁੰਦਾ ਹੈਗਾ ਉਹ ਵੱਲਾਂ ਜਿਹੜੀਆਂ ਜਿਹੜੀਆਂ ਬੀਜੀਆਂ ਹੋਈਆਂ ਨੇ ਉਹ ਪੁੰਗਰੀਆਂ ਹੁੰਦੀਆਂ ਨੇ ਪਾ ਉਹ ਬੀਜ ਪੁੰਗਰੀਆਂ ਹੁੰਦੇ ਨੇ ਧਰਤੀ ਦੇ ਵਿੱਚ ਛੁੱਟੇ ਹੁੰਦੇ ਨੇ ਜਿਹੜੇ 베ਲਾਂ ਰੁੱਖੀ ਚੜੀਆਂ ਜਿਹੜੀਆਂ 베ਲਾਂ ਉਹ ਗਿਆਂ ਹੁੰਦੀਆਂ ਨੇ ਉਹ ਬਾਦ ਫੁੱਲ ਕੇ ਰੁੱਖਾਂ ਦੇ ਉੱਤੇ ਚੜ ਜਾਂਦੀਆਂ ਨੇ ਫੁੱਲਾਂ ਹੈਠੋਂ ਫੜਾਣੇ ਪਰਉਈਆਂ ਲੜੀਆਂ ਤੇ ਫਿਰ ਜਿਹੜੇ ਫੁੱਲ ਲੱਗੇ ਹੋਏ ਨੇ ਜਿੰਨਾ ਬੇਲਾਂ ਨੂੰ ਫਿਰ ਉਹਨਾਂ ਨੂੰ ਫਲ ਲੱਗ ਪੈ ਨੇ ਭਾਵ ਸਾਰਾ ਸਾਰੀ ਕੁਦਰਤ ਹੀ ਜਿਹੜਾ ਹੈ ਉਹ ਵਿਕਾਸ ਕਰ ਰਹੀ ਹੈਗੀ ਹੈ ਮਤਲਬ ਇਹ ਮੌਸਮ ਇਦਾਂ ਦਾ ਹੋ ਜਾਂਦਾ ਹੈਗਾ ਸਾਈਂ ਦੀ ਨਿਗਾ ਜਗ ਤੇ ਸਵੱਲੀ ਹੈ ਸਵੱਲੀ ਦਾ ਅਰਥ ਹੁੰਦਾ ਹੈ ਚੰਗੀ ਤਾਂ ਇਸ ਸਮੇਂ ਸਾਰੇ ਪਾਸੇ ਦੇਖ ਕੇ یوں ਲੱਗਦਾ ਹੈ ਵੀ ਉਸ ਪ੍ਰਮਾਤਮਾ ਦੀ ਜਿਹੜੀ ਹੈ ਨਿਗਾ ਇਸ ਸੰਸਾਰ ਉੱਤੇ ਬਹੁਤ ਹੀ ਸਵੱਲੀ ਆਪਾਂ ਕਹਿੰਦੇ ਨੇ ਪ੍ਰਮਾਤਮਾ ਮਿਹਰ ਕਰੇ ਵਾਹਿਗੁਰੂ ਮਿਹਰ ਕਰੇ ਤਾਂ ਇਸ ਸਮੇਂ ਵੀ ਲੱਗਦਾ ਹੈ ਕਵੀ ਨੂੰ ਵੀ ਜਿਹੜਾ ਇਸ ਸਮੇਂ ਪ੍ਰਮਾਤਮਾ ਦੀ ਨਜ਼ਰ ਸੰਸਾਰ ਉੱਤੇ ਬਹੁਤ ਹੀ ਸਵੱਲੀ ਹੈ ਚੰਗੀ ਨਿਗਾ ਹੈ ਦੂਰੋਂ ਦੂਰੋਂ ਥਾਓ ਬਣ ਜਾ ਰਹੀ ਹੈ ਹੁਣ ਅਗਲੀ ਗੱਲ ਦੱਸੀ ਹੈਗੀ ਵੀ ਮੇਲੇ ਦਾ ਦ੍ਰਿਸ਼ ਦੱਸਿਆ ਪਹਿਲਾਂ ਗੱਲ ਦੱਸੀ ਕਿ ਕੁਦਰਤ ਦਾ ਆਲਾ ਦੋਲਾ ਕਿਸ ਤਰ੍ਹਾਂ ਹੈ ਬਸਾਕੀ ਦੇ ਮੇਲੇ ਦੇ ਸਮੇਂ ਕੀ ਆਲੇ ਦੋਲੇ ਦਾ ਵਾਤਾਵਰਣ ਕਿਦਾਂ ਦਾ ਹੈਗਾ ਦੂਰੋਂ ਦੂਰੋਂ ਥਾਓ ਬਣ ਜਾ ਰਿਆ ਹੈ ਨੇ ਸੋਹਣੇ ਸੋਹਣੇ ਕੁੰਜਾਂ ਤੇ ਫੀਤੇ ਲਾਇਨ ਹੁਣ ਬਸਾਕੀ ਦਾ ਮੇਲਾ ਭਰਦਾ ਬਹੁਤਾਂ ਤੇ ਤਾਂ ਉਸ ਮੇਲੇ ਦੇ ਵਿੱਚ ਜਿਹੜੇ ਲੋਕ ਆਉਂਦੇ ਨੇ ਦੂਰੋਂ ਦੂਰੋਂ ਤੋਂ ਬੰਜਾਰੇ ਆਉਂਦੇ ਨੇ ਬੰਜਾਰੇ ਜਿਨ੍ਹਾਂ ਦੇ ਚੂੜੀਆਂ ਹੁੰਆਂਗਾ ਹੁੰਦੀਆਂ ਨੇ ਤਾਂ ਉਹ ਆਪਣੀਆਂ ਦੁਕਾਨਾਂ ਲਾਉਂਦੇ ਨੇ ਵੈਸੇ ਤਾਂ ਆਪਾਂ ਦੇਖਿਆ ਬਹੁਤ ਸਾਰਾ ਸਮਾਨ ਹੁੰਦਾ ਉੱਥੇ ਤਾਂ ਸੋਹਣੇ ਸੋਹਣੇ ਕੁੰਜਾਂ ਤੇ ਫੀਤੇ ਲਿਆਏ ਨੇ ਤੇ ਉਹ ਆਪਣੇ ਕੋਲ ਬਹੁਤ ਹੀ ਸੋਹਣੇ ਗੋਟੇ, ਕਿਨਾਰੀਆਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਲੈ ਕੇ ਆਏ ਹੋਏ ਨੇ ਗਜਰਿਆਂ ਤੇ ਬੰਗਾ ਦਾ ਨਾ ਅੰਤ ਕੋਈ ਹੈ ਤੇ ਉਹਨਾਂ ਦੇ ਕੋਲ ਜੋ ਬੰਗਾ ਤੇ ਗਜਰੇ ਨੇ ਉਹਨਾਂ ਦੇ ਅਨੇਕਾਂ ਹੀ ਨਮੂਨੇ ਨੇ ਅੰਤ ਨਾ ਹੋਣਾ ਮਤਲਬ ਬਹੁਤ ਬੇਅੰਤ ਤਰ੍ਹਾਂ ਦੀਏ ਬੰਗਾ ਤੇ ਗਜਰੇ ਹੈਗੇ ਨੇ ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਆ ਤੈਉ ਲੱਗਦਾ ਹੈ ਵੀ ਜਿਹੜੇ ਨਕਲੀ ਗਹਿਣੇ ਨੇ ਉਹਨਾਂ ਦੀ ਮੰਡੀ ਹੀ ਲੱਗੀ ਹੋਈ ਲੱਗਦੀ ਹੁੰਦੀ ਹੈਗੀ ਆ ਤੇ ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਤੇ ਖਾਣ ਪੀਣ ਦੀਆਂ ਦੁਕਾਨਾਂ ਵੀ ਹੁੰਦੀਆਂ ਨੇ ਹਲਵਾਈਆਂ ਨੇ ਹਜ਼ਾਰਾਂ ਹੀ ਦੁਕਾਨਾਂ ਵਿਸਾਖੀ ਦੇ ਮੇਲੇ ਤੇ ਲਾਈਆਂ ਹੁੰਦੀਆਂ ਨੇ ਸੈਂਕੜੇ ਸੁਗਾਤਾਂ ਨਾਲੇ ਹੋਰ ਆਈਆਂ ਤੇ ਸਿਰਫ ਇਹੀ ਚੀਜ਼ਾਂ ਨਹੀਂ ਵੀ ਬਣ ਜਾ ਰਹੇ ਨੇ ਦੁਕਾਨਾਂ ਨੇ ਖਾਣ ਪੀਣ ਦੀਆਂ ਸਮਾਨ ਚੀਜ਼ਾਂ ਨੇ ਹੋਰ ਵੀ ਸੈਂਕੜੇ ਹੀ ਦੁਕਾਨਾਂ ਵਿਸਾਖੀ ਦੇ ਮੇਲੇ ਤੇ ਸਜੀਆਂ ਹੁੰਦੀਆਂ ਨੇ ਹੱਟੇ ਹੱਟੇ ਸ਼ੌਂਕੀਆਂ ਦੀ ਭੀੜ ਖਲੀ ਖਰੀਦਦਾਰਾਂ ਖੜੀ ਚੱਲਨੀ ਪ੍ਰੇਮੀਏ ਵਿਸਾਖੀ ਚੱਲੀਏ ਤਾਂ ਹੁਣ ਹੱਟੀ-ਹੱਟੀ ਸ਼ੌਂਕੀਆਂ ਦੀ ਭੀੜ ਖੜੀ ਖੱਲੀ ਨੂੰ ਹੁਣ ਇਹਦਾ ਮਤਲਬ ਕੀ ਹੈ ਵੀ ਜਿਸ ਵਿਅਕਤੀ ਨੂੰ ਜਿਹੜੀ ਚੀਜ਼ ਚੰਗੀ ਲੱਗਦੀ ਹੈ ਉਹ ਉਸ ਹੀ ਦੁਕਾਨ ਤੇ ਖੜਾ ਹੈ ਮਤਲਬ ਹਰੇਕ ਦੁਕਾਨ ਤੇ ਉਸ ਸਮੀਂ ਚੀਜ਼ ਨੂੰ ਪਸੰਦ ਕਰਨ ਵਾਲਿਆਂ ਦੀ ਭੀੜ ਲੱਗੀ ਹੋਈ ਹੈ ਤੇ ਕਿਸਾਨ ਅਜੇਹੇ ਸਮੇਂ ਦੇ ਉੱਤੇ ਆਪਣੀ ਪਤਨੀ ਨੂੰ ਕਹਿੰਦਾ ਹੈ ਚੱਲ ਨਹੀਂ ਪ੍ਰੇਮੀਏ ਵਿਸਾਖੀ ਚੱਲੀਏ ਵੀ ਆਪਾਂ ਵੀ ਵਿਸਾਖੀ ਦਾ ਮੇਲਾ ਵੇਖਣ ਜਲਦੇ ਹੈਗੀਆਂ ਉੱਥੇ ਇੰਨੀ ਰੌਣਕ ਲੱਗੀ ਹੋਈ ਹੈ ਆਲੇ ਦੁਆਲੇ ਕੁਦਰਤ ਵੀ ਬਹੁਤ ਵਧੀਆ ਲੱਗ ਰਹੀ ਹੈਗੀ ਆ ਔਰ ਮੇਲਾ ਵੀ ਬਹੁਤ ਸੋਹਣਾ ਭਰਿਆ ਹੋਇਆ ਹੈਗਾ ਤੇ ਇਸ ਲਈ ਉਹ ਖੁਸ਼ੀ-ਖੁਸ਼ੀ ਆਪਣੀ ਪਤਨੀ ਨੂੰ ਮੇਲੇ ਜਾਣ ਲਈ ਕਹਿੰਦਾ ਹੈ ਥਾਂ-ਥਾਂ ਖੇਡਾਂ ਤੇ ਪੰਘੂੜੇ ਆਏ ਨੇ ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ ਹੁਣ ਇਸ ਤੋਂ ਇਲਾਵਾ ਵਿਸਾਖੀ ਦੇ ਮੇਲੇ 'ਚ ਹੋਰ ਬੜਾ ਕੁਝ ਹੈਗਾ ਕਿਹੜਾ ਕੁਝ ਹੈਗਾ ਥਾਂ-ਥਾਂ ਖੇਡਾਂ ਤੇ ਪੰਘੂੜੇ ਆਏ ਨੇ ਹੁਣ ਪੰਘੂੜੇ ਜ਼ਰੂਰ ਹੁੰਦੇ ਨੇ ਉੱਥੇ ਚੰਡੋਲ ਹੁੰਦੇ ਨੇ ਤੇ ਬੱਚਿਆਂ ਦੇ ਖੇਡਣ ਲਈ ਬਹੁਤ ਸਾਰੇ ਖੇਡਾਂ ਹੁੰਦੀਆਂ ਨੇ ਤਾਂ ਕਿ ਉਹਨਾਂ ਦਾ ਜਿਹੜਾ ਹੈ ਵਪਾਰਕ ਲਾਭ ਹੋ ਸਕੇ ਰੇਕ ਨੂੰ ਹੁੰਦਾ ਨਾ ਆਪਣਾ ਕਾਰੋਬਾਰ ਦਾ ਤੇ ਇਸ ਲਈ ਉਹ ਥਾਂ-ਥਾਂ ਜਿਹੜੇ ਹੈਗੇ ਨੇ ਖੇਡਣ ਦੇ ਲਈ ਝੂਲੇ ਵਗੈਰਾ ਲਗਾਏ ਜਾਂਦੇ ਹੈਗੇ ਨੇ ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ ਇਸ ਤੋਂ ਇਲਾਵਾ ਜੋਗੀ ਨੇ ਮਦਾਰੀ ਨੇ ਆਪਣਾ ਤਮਾਸ਼ਾ ਦਿਖਾਉਣ ਲਈ ਥਾਂ-ਥਾਂ ਤੇ ਉਹਨਾਂ ਨੇ ਜਗ੍ਹਾ ਮੰਲੀ ਹੋਈ ਹੈਗੀ ਆ ਵੰਜਲੀ ਲੰਗੋਜਾ ਕਾਟੋ ਕਾਠੋ ਤੁੰਬਾ ਵੱਜਦੇ ਤੇ ਉਸ ਤੋਂ ਇਲਾਵਾ ਕਿਸੇ ਥਾਂ ਤੇ ਅਖਾੜਾ ਲੱਗਿਆ ਹੋਇਆ ਜਿਹਦੇ ਵਿੱਚ ਵੰਜਲੀ ਲੰਗੋਜਾ ਕਾਟੋ ਤੁੰਬਾ ਆਦਿ ਵਜਾ ਕੇ ਗਾਣੇ ਗਾਏ ਜਾ ਰਹੇ ਹੈਗੇ ਨੇ ਲੋਕਾਂ ਦਾ ਮਨੋਰੰਜਨ ਕਰਕੇ ਆਪਣੀ ਕਮਾਈ ਕੀਤੀ ਜਾ ਰਹੀ ਹੈਗੀ ਆ ਤੇ ਛਿੰਝ ਵਿੱਚ ਸੂਰੇ ਪਹਿਲਵਾਨ ਵੱਜਦੇ ਤੇ ਉਸ ਤੋਂ ਇਲਾਵਾ ਛਿੰਝ ਪੈ ਰਹੀ ਹੈ ਇੱਕ ਪਾਸੇ ਜਿਸ ਵਿੱਚ ਪਹਿਲਵਾਨ ਨੇ ਜਿਹੜੇ ਉਹ ਗੱਜ ਵੱਜ ਕੇ ਉਸ ਸਿੰਝ ਦੇ ਵਿੱਚ ਮੁਕਾਬਲੇ ਕਰ ਰਹੇ ਨੇ ਗੁਸ਼ਟੀਆਂ ਕਰ ਰਹੇ ਨੇ ਇਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ ਕਹਿੰਦਾ ਇਸ ਮੇਲੇ ਨੂੰ ਵੇਖ ਕੇ ਐਂ ਲੱਗਦਾ ਹੈ ਵੀ ਸਾਰੇ ਸੰਸਾਰ ਦਾ ਰੌਲਾ ਹੀ ਇਸ ਥਾਂ ਦੇ ਉੱਤੇ ਆ ਗਿਆ ਹੋਵੇ ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ ਤੇ ਇੰਨੀ ਭੀੜ ਹੈ ਮੇਲੇ ਦੇ ਵਿੱਚ ਕਿ ਮੋਢੇ ਨਾਲ ਮੋਢਾ ਲੱਗਦਾ ਹੈ ਹੁਣ ਇਹਦੇ ਨਾਲ ਸੰਬੰਧਤ ਕੀ ਹੁੰਦਾ ਕਿ ਐ ਇੱਕ ਲਾਈਨ ਹੈਗੀ ਆ ਕਿ ਧੁੱਪ ਧੂੜ ਵਾਂ ਧੱਕੇ ਤੇ ਨੰ ਕੰਮ ਪੱਕੇ ਮੇਲੇ ਦੇ ਵਿੱਚ ਹੁੰਦਾ ਵੀ ਇੰਨੀ ਭੂੜ ਭੀੜ ਹੁੰਦੀ ਹੈ ਤੇ ਲੋਕਾਂ ਦੇ ਮੁੱਢੇ ਨਾਲ ਮੁੱਢਾਂ ਵੱਜਦਾ ਹੁੰਦਾ ਹੈਗਾ ਤੇ ਕੋਹਾ ਵਿੱਚ ਮੇਲੇ ਨੇ ਜ਼ਮੀਰ ਮੱਲੇ ਹੈ ਤੇ ਮੇਲਾ ਥੋੜੀ ਜਗ੍ਹਾ ਤੇ ਨਹੀਂ ਫੈਲਿਆ ਹੈ ਕੋਹਾ ਤੱਕ ਫੈਲਿਆ ਹੈ ਦੂਰ ਦੂਰ ਤੱਕ ਮੇਲਾ ਫੈਲਿਆ ਹੋਇਆ ਹੈ ਤੇ ਇਸ ਸੋਹਣੇ ਮੇਲੇ ਨੂੰ ਵੇਖਣ ਲਈ ਕਿਸਾਨ ਆਪਣੀ ਪਤਨੀ ਨੂੰ ਕਹਿੰਦਾ ਹੈ ਕਿ ਚੱਲ ਆਪਾਂ ਮੇਲਾ ਵੇਖਣ ਚੱਲੀਏ ਬਾਲ ਬੁੱਢੇ ਗੱਭਰੂ ਮੇਲੇ ਚ ਆਇਨਾ ਤਾਂ ਹੁਣ ਇਸ ਮੇਲੇ ਦੇ ਵਿੱਚ ਕੌਣ ਕਾਣਾ ਆ ਉਹ ਵੀ ਦੱਸਿਆ ਵੀ ਮਤਲਬ ਸਿਰਫ ਇਹ ਹੀ ਨਹੀਂ ਵੀ ਕਿਸਾਨ ਹੀ ਚੱਲਿਆ ਉਹ ਕਹਿੰਦਾ ਹੈ ਬਾਲ ਬੁੱਢੇ ਗੱਭਰੂ ਮੇਲੇ ਚ ਆਨੇ ਬੱਚੇ ਬਜ਼ੁਰਗ ਅਤੇ ਗੱਭਰੂ ਸਾਰੇ ਹੀ ਮੇਲਾ ਦੇਖਣ ਆਏ ਹੋਏ ਨੇ ਟੁੰਬ ਟੁੰਬਰ ਇੱਜਾ ਨੇ ਸਾਰੇ ਜਗਾਇਨੇ ਤੇ ਸਾਰਿਆਂ ਦੇ ਮਨ ਇਸ ਸਮੇਂ ਖੁਸ਼ੀ ਦੇ ਵਿੱਚ ਝੂਮ ਰਹੇ ਨੇ ਬਰੀਜ ਨਾਲ ਮੇਲਾ ਦੇਖਣ ਆਉਂਦਾ ਭਾਈ ਜਦ ਖੁਸ਼ ਹੁੰਦਾ ਹਨ ਤਾਂ ਭਾਂ ਤੋਂ ਭਾਂ ਤਦ ਦਿਲ ਭਾਂ ਲੋ ਭਾਂ ਤੋਂ ਭਾਂ ਤ ਮਾਰ ਲੈ ਹਰੇਕ ਬੰਦੇ ਦੇ ਮਨ ਦੇ ਵਿੱਚ ਆਪਣੀਆਂ ਹਸਰਤਾਂ ਨੇ ਤੇ ਉਹ ਵੱਖੋ ਵੱਖਰੀਆਂ ਚੀਜ਼ਾਂ ਖਰੀਦ ਰਹੇ ਨੇ ਭਾਂਤ ਭਾਂਤ ਮਾਲ ਤੇ ਪੱਖੋ ਵੱਖਰੀਆਂ ਕਿਸਮਾਂ ਦੀ ਚੀਜ਼ਾਂ ਖਰੀਦ ਰਹੇ ਹੈਗੇ ਨੇ ਟੋਲ ਰਹੇ ਆਪੋ ਆਪਣਾ ਖਿਆਲ ਨੇ ਹਰੇਕ ਦੇ ਮਨ ਦੇ ਵਿੱਚ ਜੋ ਵਿਚਾਰ ਹੈ ਉਹਦੇ ਅਨੁਸਾਰ ਹੀ ਉਹ ਆਲੇ ਦੁਆਲੇ ਘੁੰਮ ਫਿਰ ਕੇ ਮੇਲੇ ਨੂੰ ਵੇਖ ਰਹੇ ਹੁੰਦੇ ਹੁਣ ਦੇਖੋ ਜਿਨੇ ਘੋੜ ਦੇਖਣਾ ਖੇਡਾਂ ਪਸੰਦ ਨੇ ਉਹ ਪਹਿਲਵਾਨਾਂ ਦੇ ਘੋੜ ਦੇਖਦਾ ਹੈ ਜਿਨੇ ਸੰਗੀਤ ਸੁਣਨਾ ਹੋ ਉੱਧਰ ਬਸ ਜਾਂਦਾ ਹੈ ਜੇ ਬੱਚੇ ਨੇ ਪੰਗੂੜੇ ਚੂੜਦੇ ਨੇ ਜੇ ਸਤਰੀਆਂ ਨੇ ਤਾਂ ਫਿਰ ਉਹ ਬਣ ਜਾ ਰਹਿਆਂ ਕੋਲ ਚੂੜੀਆਂ ਮੰਗਾਂ ਦੇਖਦੀਆਂ ਠੀਕ ਹੈ ਇਸ ਤਰ੍ਹਾਂ ਕੀ ਹੈ ਆਪਕੋ ਆਪਣੇ ਅਨਸਾਰ ਜਿਹੜਾ ਹੈ ਸਾਰੇ ਲੋਕ ਮੇਲੇ ਦਾ ਜਿਹੜਾ ਹੈ ਦੀ ਖੁਸ਼ੀ ਮਨਾ ਰਹੇ ਹੈਗੇ ਨੇ ਮੇਲੇ ਦੀ ਬਹਾਰ ਤੇ ਤਕਾਲਾ ਠੀਕ ਹੈ ਤਕਾਲਾ ਦਾ ਸ਼ਾਮ ਕਹਿੰਦਾ ਮੇਲੇ ਦਾ ਜਿਹੜਾ ਹੈ ਰੌਣਕ ਹੈ ਬਹਾਰ ਹੈ ਇਹ ਸਿਰਫ ਸ਼ਾਮ ਤੱਕ ਹੀ ਰਹਣੀ ਪਰ ਸ਼ਾਮ ਤੋਂ ਬਾਅਦ ਫਿਰ ਖਤਮ ਹੋ ਜਾਂਦੀ ਹੈ ਲੋਕ ਆਪੋ ਆਪਣੇ ਘਰੀਆਂ ਜਾਣ ਲੱਗ ਜਾਂਦੇ ਹੈਗੇ ਨੇ ਸੌਦਾ ਲੈ ਵਿਹਾਰ ਜੀ ਦੀ ਜੋ ਤੁਫੀਕ ਹੈ ਵਿਆਹ ਜੜਾ ਦਾ ਖਰੀਦਣਾ ਤੁਫੀਕ ਹੁੰਦੀ ਆ ਅਸੀਂ ਕਮਾਂਗੇ ਵੀ ਉਹਦਾ ਸਮਰੱਥਾ ਹੁਣ ਜੀ ਕਿ ਕੁ ਬੰਦੇ ਨੇ 5 ਰੁਪਏ ਖਰਚਣੇ ਚ ਹਰਜਣੇ 1 ਨੇ 50 ਖਰਚਣੇ ਨੇ 500 ਖਰਚਣੇ ਨੇ 5000 ਰੁਪਏ ਵੀ ਖਰਚ ਖਰਚ ਦੇਣਾ ਭਾਵ ਹਰੇਕ ਵਿਅਕਤੀ ਜਿਹੜਾ ਜਿਹੜਾ ਸੌਦਾ ਜੋ ਜੋ ਉਹਦੀ ਸਮਰੱਥਾ ਹੈ ਉਹਦੇ ਅਨੁਸਾਰ ਹੀ ਉਹ ਆਪਣਾ ਜਿਹੜਾ ਹੈ ਸਮਾਨ ਖਰੀਦ ਰਿਹਾ ਹੈਗਾ ਪਲੋਪਲੀ ਵਿੱਚ ਹੋਣੀ ਚੱਲੋ ਚੱਲੀ ਹੈ ਤੇ ਫਿਰ ਮਿੰਟਾਂ ਦੇ ਵਿੱਚ ਸ਼ਾਮ ਪੈਣ ਤੇ ਫਿਰ ਜਾਣ ਦੀ ਕਾਹਲੀ ਸਾਰਿਆਂ ਨੂੰ ਹੋ ਜਾਣੀ ਹੈਗੀ ਆ ਤੇ ਇਸ ਲਈ ਕਿਸਾਨ ਆਪਣੀ ਪਤਨੀ ਨੂੰ ਕਹਿੰਦਾ ਹੈ ਵੀ ਚੱਲ ਆਪਾਂ ਮੇਲਾ ਵੇਖਣ ਚੱਲੀਏ ਹੁਣ ਵਿਚਾਰਾਂ ਦਾ ਸਾਰ ਕੀ ਹੈਗਾ ਇਹ ਕਵਿਤਾ ਚਿਰਤ ਨਿਰਾਮ ਯਾਤਰੀ ਜਿਹਦੀ ਲਿਖੀ ਹੋਈ ਹੈ ਤੇ ਇਹਦੇ ਵਿੱਚ ਕਵੀ ਨੇ ਵਿਸਾਖ ਦੇ ਮਹੀਨੇ ਦੀ ਕੁਦਰਤ ਦਾ ਚਿੱਤਰਣ ਕਰਦਿਆਂ ਵਿਸਾਖੀ ਦੇ ਪਿੰਡੂ ਮੇਲੇ ਦਾ ਬੜਾ ਹੀ ਯਥਾਰਥਿਕ ਵਰਣਨ ਕੀਤਾ ਹੈ ਤੇ ਇਸ ਕਵਿਤਾ ਦੇ ਵਿੱਚ ਕਿਸਾਨ ਆਪਣੀ ਪਤਨੀ ਨੂੰ ਕਹਿੰਦਾ ਹੈ ਕੀ ਕਣਕਾਂ ਪੱਕ ਗਈਆਂ ਨੇ, ਲੋਕਾਠ ਰਸ ਗਿਆ ਹੈ, ਅੰਬਾਂ ਨੂੰ ਬੂਰ ਪੈ ਗਿਆ ਹੈ, ਗੁਲਾਬ ਦੇ ਫੁੱਲ ਖਿੜੇ ਹੋਏ ਨੇ, ਬਾਗਾਂ ਉੱਪਰ ਭਾਰ ਨੇ ਸੋਨਾ ਰੰਗ ਫੇਰਿਆ ਹੋਇਆ ਹੈ ਤੇ 베ਰਾਂ ਦੇ ਭਾਰ ਦੇ ਨਾਲ 베ਰੀਆਂ ਝੁੱਕ ਗਈਆਂ ਨੇ, ਵੇਲਾਂ ਪੁੰਗਰ ਗਈਆਂ ਨੇ ਤੇ ਉਹ ਰੁੱਖਾਂ 'ਤੇ ਚੜਨ ਲੱਗ ਪਈਆਂ ਨੇ, ਫੁੱਲਾਂ ਹੇਠੋਂ ਫਲ ਨਜ਼ਰ ਆਉਣ ਲੱਗ ਪਏ ਨੇ, ਦੁਨੀਆ ਉੱਤੇ ਉਹ ਲੱਗਦਾ ਹੈ ਜਿਵੇਂ ਰੱਬ ਦੀ ਨਜ਼ਰ ਸਵੱਲੀ ਹੈ ਗਈਆਂ ਤੇ ਅਜਿਹੇ ਖੁਸ਼ੀ ਦੇ ਮੌਕੇ ਕਿਸਾਨ ਆਪਣੀ ਪਤਨੀ ਨੂੰ ਮੇਲਾ ਵੇਖਣ ਲਈ ਕਹਿੰਦਾ ਹੈਗਾ ਤੇ ਇਸ ਮੇਲੇ ਦੇ ਦ੍ਰਿਸ਼ ਦੇ ਵਿੱਚ ਹੀ ਦੱਸਿਆ ਹੈ ਵੀ ਵਪਾਰੀ ਦੂਰੋਂ ਦੂਰੋਂ ਆਏ ਹੋਏ ਨੇ ਜਿਹੜੇ ਕਿ ਸੋਹਣੇ ਸੋਹਣੇ ਫੀਤੇ ਕੁੰਜਾਂ ਲੈ ਕੇ ਆਏ ਨੇ ਤੇ ਬੰਗਾਂ ਗਜਰੇ ਇਹਨਾਂ ਚੀਜ਼ਾਂ ਦਾ ਕੋਈ ਅੰਤ ਨਹੀਂ ਹੈਗਾ ਹਰ ਪਾਸੇ ਝੂਠੇ ਗਹਿਣਿਆਂ ਦੀ ਮੰਡੀ ਲੱਗੀ ਹੋਈ ਹੈ ਇਸ ਤੋਂ ਇਲਾਵਾ ਹਲਵਾਈਆਂ ਨੇ ਦੁਕਾਨਾਂ ਲਾਈਆਂ ਹੋਈਆਂ ਨੇ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਮੇਲੇ ਦੇ ਵਿੱਚ ਆਈਆਂ ਨੇ ਪੰਗੂੜੇ ਲੱਗੇ ਹੋਏ ਨੇ ਖੇਡਾਂ ਖੇਡ ਰਹੇ ਨੇ ਬੱਚੇ ਦੇਖ ਰਹੇ ਨੇ ਜੋਗੀਆਂ ਤੇ ਮਦਾਰੀਆਂ ਨੇ ਤਮਾਸ਼ੇ ਲਾਏ ਹੋਏ ਨੇ ਮੇਲੇ ਵਿੱਚ ਵੰਜਲੀਆਂ ਲੰਗੋਜੇ ਕਾਟੋ ਤੇ ਤੂੰਬੇ ਵੱਜ ਰਹੇ ਨੇ ਇੱਕ ਪਾਸੇ ਛਿੰਝ ਪੈ ਰਹੀ ਹੈ ਤੇ ਸੂਰਮੇ ਪਹਿਲਵਾਨ ਗੱਜ ਰਹੇ ਹੈਗੇ ਨੇ ਮੇਲੇ ਵਿੱਚ ਬੜਾ ਹੀ ਰੌਲਾ ਪੈ ਰਿਹਾ ਹੈ ਸੰਗਣੀ ਭੀੜ ਹੋਣ ਕਰਕੇ ਲੋਕਾਂ ਦਾ ਮੋਢੇ ਦੇ ਨਾਲ ਮੋਢਾ ਖੇ ਰਿਹਾ ਹੈਗਾ ਤੇ ਇਸ ਵਿੱਚ ਬਾਲ ਬੁੱਢੇ ਗੱਭਰੂ ਸਾਰੇ ਆਏ ਹੋਏ ਨੇ ਤੇ ਮੇਲੇ ਦਾ ਪਸਾਰਾ ਕੋਹਾਂ ਤੱਕ ਫੈਲਿਆ ਹੋਇਆ ਹੈਗਾ ਤੇ ਹਰੇਕ ਨੂੰ ਜਿਹੜਾ ਹੈ ਮੇਲਾ ਵੇਖਣ ਦੀ ਰੀਜ ਹੈਗੀ ਆ ਅਤੇ ਹਰੇਕ ਵਿਅਕਤੀ ਆਪੋ ਆਪਣੀ ਮਰਜ਼ੀ ਦੀ ਵਸਤੂ ਆਪਣੀ ਸਮਰੱਥਾ ਦੇ ਅਨੁਸਾਰ ਖਰੀਦ ਲਿਆ ਹੈਗਾ ਤੇ ਹਰੇਕ ਨੂੰ ਕਾਲੀ ਹੈ ਕਿ ਉਹ ਫਟਾਫਟ ਆਪਣੀ ਮਰਜ਼ੀ ਦਾ ਸਮਾਨ ਲੈ ਲਵੇ ਕਿਉਂਕਿ ਸ਼ਾਮ ਹੋਣ ਵਾਲੀ ਹੈ ਤੇ ਸ਼ਾਮ ਹੋਣ ਤੇ ਫਿਰ ਮੇਲਾ ਛੇਤੀ ਹੀ ਖਤਮ ਹੋ ਜਾਣਾ ਵਾਲਾ ਹੈਗਾ ਤੇ ਇਸ ਲਈ ਜਿਹੜਾ ਹੈ ਕਿਸਾਨ ਆਪਣੀ ਪਤਨੀ ਨੂੰ ਕਹਿੰਦਾ ਹੈ ਵੀ ਆਪਾਂ ਵੀ ਇਸ ਮੇਲੇ ਦਾ ਆਨੰਦ ਲੈਣ ਲਈ ਚੱਲੀਏ ਤਾਂ ਇਹਦਾ ਅੰਤਰੰਮੀਪਾ ਕੀ ਹੈਗਾ ਕੇਂਦਰੀਪਾ ਕੀ ਵਿਸਾਖੀ ਦਾ ਮੇਲਾ ਰੌਣਕਾਂ ਖੁਸ਼ੀਆਂ ਤੇ ਰੰਗ ਤਮਾਸ਼ਿਆਂ ਦੇ ਨਾਲ ਭਰਪੂਰ ਹੁੰਦਾ ਹੈ ਤਾਂ ਸਾਨੂੰ ਇਸ ਮੇਲੇ ਦੀ ਖੁਸ਼ੀ ਨੂੰ ਬਹੁਤ ਹੀ ਚੰਗੀ ਤਰੀਕੇ ਨਾਲ ਮਾਨਣਾ ਚਾਹੀਦਾ ਹੈ ਤਾਂ ਹੁਣ ਅਗਲਾ ਪ੍ਰਸ਼ਨ ਹੈ ਵਿਸਾਖੀ ਦਾ ਮੇਲਾ ਲੱਗਣ ਸਮੇ ਕੁਦਰਤੀ ਵਾਤਾਵਰਣ ਕਿਹੋ ਜਿਹਾ ਹੁੰਦਾ ਹੈ ਵਿਸਾਖੀ ਦਾ ਮੇਲਾ ਲੱਗਣ ਸਮੇ ਬਹਾਰ ਦੀ ਰੁੱਤ ਹੁੰਦੀ ਹੈ ਕਣਕਾਂ ਪੱਕ ਜਾਂਦੀਆਂ ਨੇ ਲੋਕਾਠ ਦੇ ਫਲ ਰਸ ਜਾਂਦੇ ਨੇ ਅੰਬਨ ਬੂਰ ਪੈ ਜਾਂਦਾ ਹੈ ਗੁਲਾਬ ਦੇ ਫੁੱਲ ਖਿੜੇ ਹੁੰਦੇ ਨੇ ਤੇ ਬਾਗਾਂ ਦੇ ਵਿੱਚ ਟਹਿਣੀਆਂ ਹਰੇ ਪੱਤੇਆਂ ਤੇ ਰੰਗ ਬਰੰਗੇ ਫੁੱਲਾਂ ਫਲਾਂ ਨਾਲ ਭਰ ਜਾਂਦੀਆਂ ਨੇ ਤੇ ਫਲਾਂ ਦੇ ਭਾਰ ਕਰਕੇ ਬੇਰੀਆਂ ਦੀਆਂ ਟਹਿਣੀਆਂ ਝੁੱਕ ਜਾਂਦੀਆਂ ਨੇ ਬੇਲਾਂ ਪੁੰਗਰ ਕੇ ਰੁੱਖਾਂ ਉੱਤੇ ਚੜ ਜਾਂਦੀਆਂ ਨੇ ਤੇ ਫਲਾਂ ਫੁੱਲਾਂ ਇਠੋਂ ਫਲ ਨਜ਼ਰ ਆਉਣ ਲੱਗ ਪੈਂਦੇ ਹੈਗੇ ਨੇ ਤਾਂ ਮੇਲੇ ਉੱਤੇ ਸਜੀਆਂ ਦੁਕਾਨਾਂ ਉੱਤੇ ਕੀ ਗੁਜ ਵਿਕਦਾ ਹੈ ਮੇਲੇ ਵਿੱਚ ਦੂਰੋਂ ਦੂਰ ਬਣ ਜਾ ਰਿਹਾ ਕਿ ਆਪਣੀਆਂ ਦੁਕਾਨਾਂ ਸਜਾਉਂਦੇ ਨੇ ਤੇ ਸੋਹਣੇ-ਸੋਹਣੇ ਗੋਟੇ, ਕਿਨਾਰੀਆਂ, ਚੂੜੀਆਂ, ਗਜਰੇ ਜਿਹੜਾ ਤੇ ਝੂਠੇ ਗਹਿਣੇ ਤੇ ਸੈਂਕੜੇ ਹੋਰ ਸਗਤਾਂ ਵੇਚਦੇ ਨੇ। ਹਲਵਾਈਆਂ ਨੇ ਵੀ ਹੱਟੀਆਂ ਲਾਈਆਂ ਹੁੰਦੀਆਂ ਨੇ ਤੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਵਿਕਦੀਆਂ ਹੈਗੀਆਂ। ਇਹਦੇ ਵਿੱਚ ਆਪਾਂ ਜੋ ਮਰਜ਼ੀ ਲਿਖ ਸਕਦੇ ਹਾਂ ਬਸੇ ਤਾਂ ਆਪਾਂ ਪਰ ਅਸੀਂ ਕਿਉਂਕਿ ਕਵਿਤਾ ਦੇ ਅਕੋਰਡਿੰਗ ਲਿਖਣਾ ਤੇ ਉਹਦੇ ਵਿੱਚ ਨੇ ਜ਼ਿਆਦਾਤਰ ਇਹੀ ਲਿਖਿਆ ਹਲਵਾਈਆਂ ਦੀ ਗੱਲ ਕੀਤੀ ਆ ਜਾਂ ਫਿਰ ਬਣਜਾਰਾਂ ਦੀ ਗੱਲ ਕੀਤੀ ਆ। ਤੇ ਮੇਲੇ ਵਿੱਚ ਦਿਲ ਪਰਚਾਵੇ ਦੇ ਹੋਰ ਕਿਹੜੇ-ਕਿਹੜੇ ਸਾਧਨ ਹੁੰਦੇ ਨੇ ਮੇਲੇ ਵਿੱਚ ਪਾਂਪਾਂ ਦੇ ਖੇਡਾਂ ਹੋ ਰਹੀਆਂ ਹੁੰਦੀਆਂ ਨੇ ਪੰਗੂੜੇ ਲੱਗੇ ਹੁੰਦੇ ਨੇ ਜੋਗੀ ਅਤੇ ਮੰਦਾਰੀ ਆਪਣੇ ਤਮਾਸ਼ੇ ਵਿਖਾ ਰਹੇ ਹੁੰਦੇ ਨੇ ਤੇ ਕਿਸੇ ਪਾਸੇ ਕਲਾਕਾਰ ਵੰਜਲੀਆਂ ਲੰਗੋਜੇ ਘਾਟੂ ਤੇ ਦੂੰਬਾ ਵਜਾਵ ਜਾ ਕੇ ਗਾਉਂਦੇ ਹਨ ਤੇ ਕਿਸੇ ਪਾਸੇ ਛਿੰਝ ਪੈ ਰਹੀ ਹੁੰਦੀ ਹੈ ਇਸ ਪ੍ਰਕਾਰ ਮੇਲੇ ਵਿੱਚ ਦਿਲ ਪਰਚਾਵੇ ਦੇ ਬਹੁਤ ਸਾਰੇ ਸਾਧਨ ਹੁੰਦੇ ਨੇ ਤਾਂ ਕਵਿਤਾ ਦਾ ਲੇਖਕ ਕੌਣ ਹੈ ਸ਼੍ਰੀਤਾਨੀ ਰਾਮਚੰਦ ਤ੍ਰਿਕ ਜੀ ਤਾਂ ਇਸ ਕਾਵਸ ਮੇਲ ਸੰਗ੍ਰਹਿ ਦੇ ਵਿੱਚ ਸੰਗ੍ਰਹਿ ਦਰਜ ਧਨੀ ਰਾਮ ਚਾਤਰ ਜੀ ਦੀਆਂ ਕਵਿਤਾਵਾਂ ਦੇ ਨਾਂ ਕਿਹੜੇ-ਕਿਹੜੇ ਨੇ ਚਰਖਾ ਆਜ਼ਾਦੀ ਹਾਏ ਨਾਂ ਤੋੜੀ ਵੇ ਦਿਲ ਮੇਰਾ ਤੇ ਚੌਥੀ ਕਵਿਤਾ ਹੈ ਵਿਸਾਖੀ ਦਾ ਮੇਲਾ ਤਾਂ ਇਹ ਸੀਗੀਆਂ ਦੋ ਕਵਿਤਾਵਾਂ ਧਨੀ ਰਾਮ ਚਾਤਰ ਜੀ ਦੀਆਂ ਉਮੀਦ ਕਰਦੀ ਹੈਗੀ ਆ ਤੁਹਾਨੂੰ ਇਹਨਾਂ ਕਵਿਤਾਵਾਂ ਦੇ ਸਰਲार्थ ਔਰ ਕੇਂਦਰੀ ਪੱਧ ਦਾ ਕੁਝ ਫਾਇਦਾ ਹੋਊਗਾ ਤੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਕਰਿਓ ਤੇ ਨਾਲੋਂ ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਕਿਉਂਕਿ ਇਹ ਚੈਨਲ ਪੰਜਾਬੀ ਮਾਮੂਲੀ ਦੀ ਸੇਵਾ ਲਈ ਪੂਰੀ ਤਰ੍ਹਾਂ ਸਮਰਪਿਤ ਹੈਗਾ ਤੇ ਇਸ ਚੈਨਲ ਤੋਂ ਹਰ ਰੋਜ਼ ਇੱਕ ਵੀਡੀਓ ਪਾਈ ਜਾਂਦੀ ਹੈਗੀ ਹੁਣ ਅਸੀਂ ਜਿਹੜੀਆਂ ਅਗਲੇ ਕਵੀ ਨੇ ਪ੍ਰੋਫੈਸਰ ਪੂਰਨ ਸਿੰਘ ਜੀ ਇਹਦੀ ਕਵਿਤਾ ਜਿੰਨੀਆਂ ਵੀ ਹੋਣਗੀਆਂ ਇੱਕ ਦਿਨ ਦੇ ਵਿੱਚ ਇੱਕ ਕਵੀ ਦੀਆਂ ਕਵਿਤਾਵਾਂ ਮਤਲਬ ਇੱਕ ਵੀਡੀਓ ਦੇ ਵਿੱਚ ਵਾਧਾ ਕਰਨੀ ਹੈ ਤਾਂ ਕਿ ਆਪਣਾ ਜਿਹੜਾ ਹੈ ਸਿਲੇਬਸ ਪੂਰਾ ਹੋ ਜਾਵੇ ਤੇ ਨਾਲੋਂ ਨਾਲ ਬੀਏ ਕਲਾਸਿਸ ਦੇ ਜਿਹੜੇ ਹੈਗੇ ਨੇ ਵਿਆਕਰਨ ਦੀ ਵੀਡੀਓ ਵੀ ਨਾਲ ਦੀ ਨਾਲ ਹੀ ਇੱਕ ਵੀਡੀਓ ਰੋਜ਼ ਮਤਲਬ ਇੱਕ ਦਿਨ ਕਿਤਾਬ ਦੇ ਵਿੱਚੋਂ ਤੇ ਇੱਕ ਦਿਨ ਵਿਆਕਰਨ ਦੇ ਵਿੱਚੋਂ ਵੀਡੀਓ ਪਾਈ ਜਾਇਆ ਕਰੇਗੀ ਉਮੀਦ ਕਰਦੀ ਹੈਗੀ ਆ ਤੁਸੀਂ ਮੈਨੂੰ ਪੂਰਾ ਸਹਜਾ ਉਦੋਗੇ ਤੇ ਫਿਰ ਮਿਲਾਂਗੇ ਕਿਸੇ ਹੋਰ ਵਧੀਆ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਬਹੁਤ ਬਹੁਤ ਧੰਨਵਾਦ